ਪੰਜਾਬੀ ਨੌਜਵਾਨ ਪੰਜਾਬ ਨੂੰ ਛੱਡ ਕੇ ਰੋਜ਼ੀ ਰੋਟੀ ਤੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਰਹੇ ਨੇ ਤੇ ਵਿਦੇਸ਼ਾਂ ਦੀ ਧਰਤੀ ਤੇ ਉੱਥੇ ਉਹਨਾਂ ਨਾਲ ਕੀ ਕਹਾਣੀ ਵਾਪਰ ਜਾਵੇ ਇਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਤੁਹਾਨੂੰ ਦੱਸ ਦਈਏ ਕਿ ਕਿਸ ਸੀਸੀਟੀਵੀ ਫੁਟੇਜ ਅਮਰੀਕਾ ਦੀ ਧਰਤੀ ਤੋਂ ਸਾਹਮਣੇ ਆ ਰਹੀ ਹੈ, ਪਰ ਇਹ ਦੇਖਣੀ ਹਰ ਇੱਕ ਉਸ ਨੌਜਵਾਨ ਲਈ ਜ਼ਰੂਰੀ ਹੈ ਜੋ ਕਿ ਵਿਦੇਸ਼ ਦੀ ਧਰਤੀ ਤੇ ਗਿਆ ਹੋਇਆ ਜਾਂ ਫਿਰ ਵਿਦੇਸ਼ ਜਾਣ ਦਾ ਸੁਪਨਾ ਦੇਖ ਰਿਹਾ। ਇਹ ਜਿਹੜੀ ਸੀਸੀਟੀਵੀ ਫੁਟੇਜ ਤੁਸੀਂ ਸਾਡੀ ਸਕਰੀਨ ਤੇ ਦੇਖ ਰਹੇ ਹੋ ਇਹ ਅਮਰੀਕਾ ਦੀ ਹੈ, ਜਿੱਥੇ ਪੰਜਾਬੀ ਮੂਲ ਦੇ ਨੌਜਵਾਨ ਨਾਲ ਸੜਕ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਤੋਂ ਬਾਅਦ ਲਹੂ ਲੁਹਾਣ ਹੋਏ ਇਸ ਨੌਜਵਾਨ ਨੂੰ ਖੁਦ ਹੀ ਐਂਬੂਲੈਂਸ ਨੂੰ ਕਾਲ ਕਰਕੇ ਬੁਲਾਉਣਾ ਪਿਆ। ਤੁਹਾਨੂੰ ਦੱਸ ਦੇ ਕਿ ਪੰਜਾਬ ਕਪੂਰਥਲਾ ਨਡਾਲਾ ਦੇ ਪਿੰਡ ਬਿਲਪੁਰ ਨਾਲ ਸੰਬੰਧਿਤ ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ, ਜਿਸ ਦੀ ਇੱਕ ਸ਼ਖਸ ਦੇ ਵੱਲੋਂ ਕੈਲੀਫੋਰਨੀਆ ਦੀ ਸੜਕ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਸੰਬੰਧੀ ਤਕਦੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਨੌਜਵਾਨ ਪੁੱਤ 2016 ਦੇ ਵਿੱਚ ਅਮਰੀਕਾ ਗਿਆ ਸੀ ਅਤੇ ਹੁਣ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾਉਂਦਾ। ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ 11 ਨਵੰਬਰ ਨੂੰ ਵਾਪਰੀ ਇਸ ਘਟਨਾ ਦੇ ਵਿੱਚ ਜਦੋਂ ਤਕਦੀਰ ਸਿੰਘ ਕੈਲੀਫੋਰਨੀਆ ਤੋਂ ਟਰੱਕ ਲੋਡ ਕਰਨ ਲਈ ਲਾਸ ਏਂਜਲਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕਾਰ ਚਾਲਕ ਇੱਕ ਹੋਰ ਵਿਅਕਤੀ ਨਾਲ ਟਰੱਕ ਪਾਸ ਕਰਨ ਵੇਲੇ ਮਾਮੂਲੀ ਜਿਹੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਕਾਰ ਚਾਲਕ ਨੇ ਟਰੱਕ ਅੱਗੇ ਕਾਰ ਖੜੀ ਕਰਕੇ ਟਰੱਕ ਰੋਕ ਲਿਆ ਅਤੇ ਉਸਨੇ ਕਾਰ ਦੇ ਵਿੱਚੋਂ ਲੋਹੇ ਦੀ ਰੋਡ ਕੱਢ ਕੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਇੰਨੀ ਕਾਲੀ ਦੇ ਵਿੱਚ ਵਾਪਰੀ ਕਿ ਤਕਦੀਰ ਸਿੰਘ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਸ ਨਾਲ ਕੀ ਹੋ ਗਿਆ। ਹਮਲੇ ਦੇ ਵਿੱਚ ਤਕਦੀਰ ਸਿੰਘ ਦੇ ਸਿਰ, ਮੂੰਹ ਅਤੇ ਹੋਰ ਥਾਈਂ ਬਹੁਤ ਸੱਟਾਂ ਲੱਗੀਆਂ ਨੇ। ਹਮਲਾ ਕਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਹੀ ਫਰਾਰ ਹੋ ਗਿਆ, ਪਰ ਇਸ ਮਾਮਲੇ ਬਾਰੇ ਉੱਥੇ ਦੀ ਪੁਲਿਸ ਨੇ ਕਾਰਵਾਈ ਕੀਤੀ ਹੈ। ਉਹਨਾਂ ਨੂੰ ਫੋਨ ਕਰਨ ਤੋਂ ਬਾਅਦ ਤਕਦੀਰ ਸਿੰਘ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਹਮਲਾਵਰ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੈਂ ਸ਼ਰਨਜੀਤ ਸਿੰਘ, ਪਿੰਡ ਬਿਲਪੁਰ। ਮੇਰਾ ਬੇਟਾ ਅਮਰੀਕਾ ਦੇ ਵਿੱਚ ਤਕਰੀਬਨ 2016 ਦੇ ਵਿੱਚ ਗਿਆ ਸੀ ਅਤੇ ਤਕਰੀਬਨ ਪਹਿਲਾਂ ਉਹਨਾਂ ਨੇ ਪੈਟਰੋਲ ਪੰਪ 'ਤੇ ਕੰਮ ਕੀਤਾ 2 ਸਾਲ, ਉਸ ਤੋਂ ਬਾਅਦ ਟੈਕਸੀ ਚਲਾਈ, ਉਸ ਤੋਂ ਬਾਅਦ ਟਰੱਕ, ਵੱਡਾ ਟਰੱਕ 'ਤੇ ਕੰਮ ਕਰਨ ਲੱਗ ਪਿਆ। ਤਕਰੀਬਨ 2.5-2 ਸਾਲ ਹੋ ਗਏ ਉਹਨੂੰ ਟਰੱਕ ਚਲਾਉਂਦਿਆਂ ਨੂੰ। ਕੋਈ ਐਸੀ ਹੈਪਨ ਕੋਈ ਨਹੀਂ ਹੋਈ ਸੀ, ਨੈਚੁਰਲੀ ਕੁਦਰਤੀ। ਉਹਨਾਂ ਦਾ ਬੇਟਾ ਐਲਏ ਨੂੰ ਲੋਡ ਲੈਣ ਵਾਸਤੇ ਜਾ ਰਿਹਾ ਸੀ, ਵੈਸੇ ਕੈਲੀਫੋਰਨੀਆ ਰਹਿੰਦਾ ਬੇਟਾ ਮੇਰਾ, ਪਰ ਐਲਏ ਦਾ ਲੋਡ ਲੈਣ ਵਾਸਤੇ ਜਾ ਰਿਹਾ ਸੀ। ਰਸਤੇ ਵਿੱਚ ਕਰੋਸਿੰਗ ਦੇ ਉੱਪਰ ਕੁਛ ਉਹਨਾਂ ਦਾ ਐਸੇ ਆਪਸ ਦੇ ਵਿੱਚ ਵਾਰਤਾਲਾਪ ਹੋ ਗਈ। ਉਹ ਟਰੱਲੇ 'ਤੇ ਜਾ ਰਿਹਾ ਸੀ, ਉਹਨੂੰ ਸਾਈਡ ਜ਼ਰੂਰੀ ਸੀ ਤਾਂ ਆਪਣਾ ਜਾ ਕੇ ਲੋਡ ਲੈਣਾ ਸੀ, ਕੰਮ ਕਰਨ ਵਾਸਤੇ ਜਾ ਰਿਹਾ ਸੀ ਅਤੇ ਉਹ ਅੱਗੇ ਗੱਡੀ ਛੁੱਟੀ ਜਾ ਰਹੀ ਸੀ। ਉਹਨੂੰ ਨਹੀਂ ਸੀ ਪਤਾ ਕਿ ਉਹਦੇ ਵਿੱਚ ਕੋਈ ਕਾਲਾ ਸੀ, ਕੌਣ ਸੀ। ਉਹਨਾਂ ਨੇ ਲਾਈਟਾਂ ਲੂਟਾਂ ਦਿੱਤੀਆਂ, ਲਾਈਟਾਂ ਮਾਰੀਆਂ, ਉਹਨੇ ਰਸਤਾ ਨਹੀਂ ਦਿੱਤਾ। ਔਰ ਉਸੇ ਕਾ ਪਾਰਕ ਕਰਕੇ ਫਿਰ ਉਹਨੇ ਬੇਟੇ ਮੇਰੇ ਨੂੰ ਸ਼ਿਕਾਇਤ ਕਰੋਸ ਕੀਤਾ। ਉਹਨੂੰ ਕਰੋਸ ਕਰਨ ਤੋਂ ਬਾਅਦ ਫਿਰ ਉਸ ਬੰਦੇ ਨੇ, ਉਸ ਕਾਲੇ ਨੇ ਗੱਡੀ ਆਪਣੀ ਨੂੰ ਕਰੋਸ ਕਰਕੇ ਅੱਗੇ ਲਾਈ ਅਤੇ ਫਿਰ ਉਹਨੂੰ ਹੌਲੀ ਹੌਲੀ ਬ੍ਰੇਕ ਮਾਰਦਾ ਮਾਰਦਾ ਵੱਡੇ ਟਰੱਕ ਨੂੰ ਸਟੇ ਕੀਤਾ ਹੈ ਕਿ ਬ੍ਰੇਕ ਮਾਰੀ। ਬ੍ਰੇਕ ਮਾਰਨ ਤੋਂ ਬਾਅਦ ਆਪਸ 'ਚ ਉਹਨਾਂ ਦਾ ਵਾਰਤਾਲਾਪ ਹੋਇਆ ਇੱਕ ਦੂਜੇ ਦੇ ਨਾਲ। ਉਹ ਵਾਰਤਾਲਾਪ ਦੇ ਦੌਰਾਨ ਇੱਕ ਵਾਰ ਕਨਵਰਸੇਸ਼ਨ ਹੋਣ ਤੋਂ ਬਾਅਦ ਦੂਸਰੀ ਵਾਰੀ ਫਿਰ ਹੋਈ ਕਨਵਰਸੇਸ਼ਨ ਉਹਨਾਂ ਦੀ ਆਪਸ 'ਚ। ਉਸ ਤੋਂ ਬਾਅਦ ਉਹਨਾਂ ਨੇ ਤੀਸਰੀ ਵਾਰ ਜਦੋਂ ਹੋ ਗਈ ਤਾਂ ਆਪਣਾ ਆਪਣੇ ਆ ਰਿਹਾ, ਬੇਟਾ ਕਹਿੰਦਾ ਓਕੇ ਅਬ ਮੈਂ ਆਈ ਵਿਲ ਗੋ, ਮੈਂ ਜਾ ਰਿਹਾ, ਕਹਿੰਦਾ ਉਹ ਉਹਨੂੰ ਪਤਾ ਨਹੀਂ ਕੀ ਅਚਾਨਕ ਉਹਦੇ ਮਨ ਵਿੱਚ ਆਇਆ ਕਾਲੇ ਦੇ। ਉਹ ਆਪਣੀ ਗੱਡੀ 'ਚ ਦੌੜ ਕੇ ਗਿਆ ਔਰ ਉੱਥੋਂ ਰਾਡ ਕੱਢ ਕੇ ਉਹਦੇ ਬੈਕ ਸਾਈਡ 'ਤੇ ਰਾਡ ਮਾਰਿਆ। ਉਹ ਰਾਡ ਮਾਰਨ ਕਰਕੇ ਮੇਰਾ ਬੇਟਾ ਥੱਲੇ ਡਿੱਗ ਪਿਆ, ਪਰ ਥੋੜ੍ਹੀ ਦੇਰ ਕਹਿੰਦਾ ਮੈਨੂੰ ਚੱਕਰ ਆਇਆ, ਚੱਕਰ ਤੋਂ ਬਾਅਦ ਮੈਂ ਖੜ੍ਹਾ ਹੋ ਗਿਆ। ਖੜ੍ਹਾ ਹੋਣ ਤੋਂ ਬਾਅਦ ਫਿਰ ਉਹਨੇ ਮੈਨੂੰ ਬਹੁਤ ਮਾਰਿਆ, ਧੁੰਦਾ ਮਾਰਦਾ ਮਾਰਦਾ ਮੇਰੇ ਕੋਲ ਟਰੱਕ ਦੇ ਅਗਲੇ ਪਾਸੇ ਲੈ ਗਿਆ ਔਰ ਉਸਦੇ ਫੇਸਬੁੱਕ 'ਤੇ ਕਾਫੀ ਸੱਟਾਂ ਲੱਗੀਆਂ, ਸਿਰ ਦੇ ਉੱਪਰ ਸੱਟ ਲੱਗੀ ਹੈ, ਇੱਥੇ ਲੱਗੀ ਹੋਈ ਹੈ, ਮੂੰਹ ਫੇਸ 'ਤੇ ਪੂਰਾ ਵਗੀ ਹੈ। ਪਰ ਉਸ ਪਰਮਾਤਮਾ ਦਾ ਸ਼ੁਕਰ ਹੈ ਕਿ ਉਹ ਸੱਟ ਜ਼ਿਆਦਾ ਨਾ ਲੱਗਣ ਕਰਕੇ ਮੇਰਾ ਅੱਜ ਬੇਟਾ ਤਕਰੀਬਨ 4-5 ਦਿਨ ਹੋ ਗਿਆ ਹੋਸਪਿਟਲ 'ਚ, 3-4 ਦਿਨ ਰਿਹਾ ਅਤੇ ਹੁਣ ਦੋਨੋਂ ਹੱਥ ਖੜ੍ਹੇ ਕਰਕੇ ਉਹਨਾਂ ਕੋਲੋਂ ਕਿਹਾ ਅਤੇ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਕਿ ਉਹਨੂੰ ਛੱਡ ਕੇ ਚਲਾ ਗਿਆ। ਮਾਫ਼ੀ ਮੰਗੀ ਉਹਨਾਂ ਨੇ ਕਿ ਮਸ਼ਹੂਰ ਸੋਰੀ ਸਰ, ਹੋ ਸਕਦਾ ਮਾਲਕ ਸੱਚੇ ਪਾਤਸ਼ਾਹ ਨੇ ਕਿੱਦਾਂ ਕਿਰਪਾ ਕੀਤੀ। ਕਾਫ਼ੀ ਉਹਨਾਂ ਦੀ ਜਦੋਂ ਜਦ ਹੋਈ ਔਰ ਇੱਥੇ ਤੱਕ ਕਿ ਉਹ ਮਾਰ ਕੇ ਗੱਡੀ ਲੈ ਕੇ ਚੱਲ ਆਪਣੇ ਆਪ ਚਲਾ ਗਿਆ। ਇਸ ਕਰਕੇ ਆਪਾਂ ਕੁਛ ਕਹਿ ਨਹੀਂ ਸਕਦੇ ਕਿ ਕੁਦਰਤੀ ਮਾਲਕ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਉਹਨੇ ਬੱਚੇ ਦੀ ਮੈਂ ਆਪਣੀ ਜ਼ਿੰਦਗੀ ਬਖਸ਼ਿਸ਼ ਕਰ ਦਿੱਤੀ ਹੈ ਅਤੇ ਇਸ ਸਮੇਂ ਜੋ ਉਦੋਂ ਹੀ ਹਾਲਾਤ ਹੈ ਹੁਣ ਬੇਟੇ ਦੀ ਥੋੜ੍ਹੀ ਠੀਕ ਹੈ, ਮਾਲਕ ਗਰਦਾਸ਼ ਹੈ, ਹੋਰ ਉਹਨੂੰ ਤੰਦਰੁਸਤੀਆਂ ਦੇਵੇ ਔਰ
ਇਹੋ ਜਿਹੇ ਕੰਮ ਕਰਨ ਦੇ ਨਾਲ ਬਿਹਤਰ ਹੈ ਕਿ ਇਹੋ ਜਿਹਾ ਕਰਮ ਨਹੀਂ ਕਰਨਾ, ਕਿਉਂਕਿ ਇਹ ਲੋਕ ਜਿਹੜੇ ਲੋਕ ਨੇ ਇਹ ਪੰਜਾਬੀਆਂ ਦੇ ਬਹੁਤ ਵਾਰ ਖਿਲਾਫ ਨੇ, ਚੰਗਾ ਨਹੀਂ ਸਮਝਦੇ ਆ। ਸੋ ਮੇਰੀ ਤੇ ਪੰਜਾਬ 'ਚ ਬੈਠੇ ਇਸ ਨੌਜਵਾਨ ਪੁੱਤ ਦੇ ਮਾਪਿਆਂ ਵੱਲੋਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਇੱਕ ਸੁਨੇਹਾ ਵੀ ਸਾਂਝਾ ਕੀਤਾ ਗਿਆ। ਉਹਨਾਂ ਦੇ ਮੁੰਡੇ ਨਾਲ ਜੋ ਵਾਪਰੀ ਆ ਹੋਰ ਕਿਸੇ ਹੋਰ ਨਾਲ ਨਾ ਵਾਪਰੇ, ਇਸ ਲਈ ਉਹਨਾਂ ਨੇ ਵਿਦੇਸ਼ ਦਾ ਰੁੱਖ ਕਰਨ ਵਾਲੇ ਨੌਜਵਾਨਾਂ ਨੂੰ ਇੱਕ ਸਲਾਹ ਦਿੱਤੀ ਹੈ। ਹਾਂਜੀ, ਮੈਂ ਹੁਣ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਜਿਹੜੇ ਵੀ ਬੱਚੇ USA ਦੇ ਵਿੱਚ, ਅਮਰੀਕਾ ਵਿੱਚ ਉਹ ਆਉਂਦੇ ਪਏ ਨੇ, ਇਹਨਾਂ ਕਾਲਿਆਂ ਨੂੰ ਮੱਥਾ ਲਾਉਣ ਦੀ ਲੋੜ ਕੋਈ ਨਹੀਂ। ਮਹਾਰਾਜ ਸੱਚੇ ਤੁਹਾਨੂੰ ਚੜ੍ਹੀਆਂ, ਆਪਣੇ ਕਾਰੋਬਾਰ 'ਚ ਧਿਆਨ ਰੱਖੋ ਅਤੇ ਇਸ ਰੰਗ ਦਾ ਜਿਹੜਾ ਹੈਪਨ ਹੋਏ ਹੱਸਦਾ ਹੋਇਆ, ਦੁਬਾਰਾ ਕੋਈ ਇਹੋ ਜਿਹਾ ਪੰਜਾਬੀ ਬੰਦੇ ਅਤੇ ਪੰਜਾਬੀ ਵਰਕਰ 'ਤੇ ਕੋਈ ਹਾਸਦਾ ਨਾ ਹੋਵੇ। ਬਸ ਮੇਰੀ ਤਾਂ ਮਾਲਕ ਅੱਗੇ ਇਹੀ ਅਰਦਾਸ ਹੈ ਅਤੇ ਬਾਕੀ ਅਕਾਲ ਪੁਰਖ ਜੋ ਕਰਦਾ ਚੰਗਾ ਕਰਦਾ, ਜੋ ਵੀ ਕਰੇਗਾ ਚੰਗਾ ਕਰਦਾ, ਕਿਉਂਕਿ ਉਹਦਾ ਭਾਣਾ ਹੈ, ਉਹਦੇ ਭਾਣੇ ਨੂੰ ਮੰਨਣਾ ਪੈਣਾ। ਸਭ ਤੋਂ ਵੱਡੀ ਚੀਜ਼ ਮਾਲਕ ਦੀ ਕਿਰਪਾ ਕੀਤੀ ਹੈ ਕਿ ਮੇਰੇ ਬੱਚੇ ਦੀ ਜਿਹੜੀ ਉਹ ਜਾਨ ਬਖਸ਼ ਕਰਦੇ ਬਖਸ਼ਿਸ਼ ਹੋ ਗਈ ਹੈ। ਮਾਲਕ ਕਿਰਪਾ ਕਰੇ ਸਾਰਿਆਂ 'ਤੇ, ਇਸੇ ਤਰ੍ਹਾਂ ਹੀ ਮਾਲਕ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬੱਚਿਆਂ ਨੂੰ ਬਖਸ਼ਿਸ਼ ਕਰਨ, ਵਿਦੇਸ਼ਾਂ 'ਚ ਬੈਠੇ ਬੱਚਿਆਂ ਨੂੰ ਅੰਗ ਸੰਗ ਕਰਨੇ ਦੀ ਸਹਾਇਤਾ ਕਰੇ, ਕਿਉਂਕਿ ਮਨੁੱਖ ਆਪਣੀ ਜੀਵਨ ਦੀ ਪਰਵਰਿਸ਼ ਚਲਾਉਣ ਵਾਸਤੇ ਕੁਛ ਨਾ ਕੁਛ ਕਾਰੋਬਾਰ ਨਾ ਇੱਥੇ ਮਿਲਣ ਕਰਕੇ ਵਿਦੇਸ਼ਾਂ ਵਿੱਚ ਬੱਚੇ ਜਾ ਰਹੇ ਨੇ, ਉਹ ਪੇਟ ਨੂੰ ਪਾਲਣਾ ਤਾਂ ਪੈਣਾ ਹੀ ਹੈ। ਜੋ ਵਿਵਸਥਾ ਇਹ ਜੋ ਪੇਟ ਨੂੰ ਪਾਲਣ ਵਾਸਤੇ ਆਪਾਂ ਭੇਜੇ ਹੋਏ ਬੱਚੇ ਨੇ, ਇਹਨਾਂ ਦੀ ਇੱਕ ਬੇਨਤੀ ਹੈ ਕਿ ਆਪਣਾ ਕੰਮ ਪਿਆਰ ਨਾਲ ਕਰਨਾ, ਪਿਆਰ ਨਾਲ ਰਹਿਣਾ, ਇਤਫਾਕ ਨਾਲ ਰਹਿਣਾ, ਕਿਉਂਕਿ ਸਾਡਾ ਜੋ ਕਲਚਰ ਹੈ, ਸਾਡੇ ਕਲਚਰ ਦੇ ਅਤੇ ਉਹਨਾਂ ਦੇ ਕਲਚਰ 'ਚ ਕਾਫੀ ਫਰਕ ਹੈ। ਸਾਡਾ ਕੋਈ ਰੋਡ 'ਤੇ ਬੰਦਾ ਡਿੱਗਿਆ ਹੋਵੇ ਅਤੇ ਅਸੀਂ ਦੌੜ ਕੇ ਜਾਂਦੇ ਹਾਂ ਉਹਨੂੰ ਫੜਨ ਵਾਸਤੇ, ਚਲੋ ਜੀ ਭੱਜ ਕੇ ਜੀ ਫੜ ਲਈਏ, ਖੜ੍ਹੇ ਹੋ ਜਾਈਏ, ਪਰ ਉਹਨਾਂ ਦੇ ਲਾਗੇ ਆ ਵੀਡੀਓ ਮੇਰੇ ਕੋਲ ਪਈ ਆਈ ਹੈ, ਮੇਨ ਰੋਡ ਚੱਲਦਾ ਪਿਆ, ਇੰਨੀਆਂ ਗੱਡੀਆਂ ਗੁਜ਼ਰ ਰਹੀਆਂ, ਕੋਈ ਉਹਨਾਂ ਦੇ ਕੋਲ ਰੁਕਿਆ ਨਹੀਂ ਹੈਗਾ, ਕਿਸੇ ਨੇ ਉਹਨਾਂ ਨੂੰ ਛਡਾਇਆ ਨਹੀਂ ਹੈਗਾ। ਇਸ ਕਰਕੇ ਇਹ ਉੱਥੇ ਇਕੱਲਾ ਇਕੱਲਾ ਹੀ ਹੈ, ਉਹਦੇ ਨਾਲ ਕੋਈ ਨਹੀਂ ਮਦਦਗਾਰ ਬਣਦਾ। ਇਸ ਕਰਕੇ ਇਹ ਮੇਰੀ ਸੁਜੈਸਟ ਹੈ ਕਿ ਤੁਸੀਂ ਇਕੱਲੇ ਹੋ ਭਾਈ, ਪ੍ਰਦੇਸ਼ਾਂ ਵਿੱਚ ਗਏ ਹੋ ਕਮਾਈ ਕਰਨ ਵਾਸਤੇ, ਅਤੇ ਉਹ ਕਮਾਈ ਜਿਹੜੀ ਕਰਦੇ ਪਏ ਹੋ ਨਾ, ਉਹ ਕਮਾਈ ਤੁਹਾਡੀਆਂ ਰੱਬ ਬਰਕਤਾਂ ਆਪੇ ਪਾਏਗਾ। ਤੁਸੀਂ ਉਸ ਮਾਲਕ 'ਤੇ ਭਰੋਸਾ ਰੱਖੋ, ਮਾਲਕ ਤੁਹਾਡੀ ਜ਼ਰੂਰ ਸਹਾਇਤਾ ਕਰੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।